मानसा च भारतीय किसान यूनियन उग्राहा दे वलों डीसी दफ्तर मानसा दे बाहर जबरदस्त प्रदर्शन किया गया, जिस नूं रोकण लई पुलिस ने इत्थे बैरीगेट लगाए हुए सन। बैरीगेट वेख किसानां दा गुस्सा भड़क गया ते उन्हां ने पुलिस वलों लगाए गए बैरीगेट भी तोड़ दिते। दस्सिए कि कुछ दिन पहलां किसान अंदोलन दे दौरान एक महिला दी मौत हो गई सी, जिस दे चलदिआं परिवार नूं 10 लाख रुपए दी मदद अते परिवार दे एक मैंबर नूं सरकारी नौकरी देण दा ऐलान सरकार दे वलों कीता गया सी, परंतु पूरी रकम ना देण दे चलदिआं अज किसानां वलों डीसी दफ्तर दे बाहर प्रदर्शन कीता गया। उन्हां दा कहना है कि प्रशासन अपने वादे तों मुकर गया ते जिस ते चलदिआं उन्हां नूं इह कदम चुकना पिया। ਪਿਛਲੀ ਉਦੋਂ 9 ਤਰੀਕ ਵਾਲੇ ਦਿਨ ਜਦੋਂ ਪੰਜਾਬ ਸੈਂਟਰ ਦੀ ਸਰਕਾਰ ਨੇ 3 ਆਰਡੀਨੈਂਸ ਲੈ ਕੇ ਆਉਂਦੇ ਸੀ, ਉਦੋਂ ਉਹ ਸਮੇਂ ਦੇ ਵਿੱਚ ਸੰਘਰਸ਼ ਲੜਦੇ ਸੀਗੇ। ਆਰਡੀਨੈਂਸ ਰੱਦ ਕਰਾਉਣ ਦੀ ਖਾਤਰ ਬੁਲਾਡੇ ਦੇ ਵਿੱਚ ਧਰਨਾ ਲੱਗਿਆ ਵਾ ਸੀ, ਰੇਲ ਦਾ ਚੱਕਾ ਜਾਮ ਕੀਤਾ ਵਾ ਸੀ। ਉਦੋਂ ਮਾਤਾ ਤੇਜ ਕੌਰ ਫਰੇ ਪਿੰਡ ਤੋਂ 9 ਤਰੀਕ ਵਾਲੇ ਦਿਨ ਉਹਦਾ ਦਹਾਂਤ ਹੋ ਗਿਆ ਸੀਗਾ। ਉਹਦਾ ਮੁਆਵਜ਼ਾ ਲੈਣ ਦੀ ਖਾਤਰ ਅਸੀਂ 20-21 ਦਿਨਾਂ ਵਾਂਗੂ ਲਗਭਗ ਰੋਜ਼ ਮੋਰਚੇ ਦੇ ਵਿੱਚ ਰਹੇ ਹਾਂਗੇ, ਧਰਨੇ ਮੁਜ਼ਾਹਰਿਆਂ ਦੇ ਵਿੱਚ ਰਹੇ ਹਾਂਗੇ। ਤਾਂ ਉਦੋਂ ਜਦੋਂ ਇਹ ਇਹਨਾਂ ਨੇ ਮੰਨੀ ਸੀ ਮੰਗ ਸਾਡੀ, ਇੱਕ ਜੀ ਨੂੰ ਸਰਕਾਰੀ ਨੌਕਰੀ ਦੇਵਾਂਗੇ ਅਤੇ ਦੂਜਾ ਹੈਗਾ ਜੀ ਕਰਜ਼ਾ ਸਾਰਾ ਮੁਕਤ ਕਰਾਂਗੇ, ਅਤੇ 10 ਲੱਖ ਰੁਪਈਆ ਮੁਆਵਜ਼ੇ ਦੀ ਗੱਲ ਕੀਤੀ ਸੀ ਪ੍ਰਸ਼ਾਸਨ ਨੇ। ਉਹ ਸਾਨੂੰ ਉਸ ਟਾਈਮ ਦੇ ਉੱਤੇ 2 ਲੱਖ ਰੁਪਈਆ ਨਕਦ ਦਿੱਤਾ ਸੀ, ਅਤੇ ਉਸੇ ਦਿਨ ਦੇ ਉੱਤੇ ਜਿੱਦੇ ਸਾਡੀ ਗੱਲਬਾਤ ਟੁੱਟਦੀ ਹੈਗੀ, ਅਤੇ ਉਸੇ ਦਿਨ 3 ਲੱਖ ਦਾ ਸਾਨੂੰ ਚੈੱਕ ਦਿੱਤਾ ਸੀ। ਦੂਜਾ ਇਹਨਾਂ ਨੇ ਕਹਿੰਦੇ ਜਿਹੜਾ 5 ਲੱਖ ਰੁਪਈਆ ਬਾਕੀ ਰਹਿ ਗਿਆ ਉਹ ਅਸੀਂ ਭੋਗ ਸਮਾਗਮ 'ਤੇ ਜਾਵਾਂਗੇ, ਅਤੇ ਉੱਥੇ ਭੋਗ ਸਮਾਗਮ 'ਤੇ ਅਸੀਂ 5 ਲੱਖ ਰੁਪਈਆ ਤੁਹਾਡਾ ਇਸੇ ਲੋੜ 'ਤੇ ਪੂਰਾ ਕਰਾਂਗੇ। ਉਦੋਂ ਕਿਹਾ ਸੀ ਤੁਹਾਨੂੰ 2 ਲੱਖ ਰੁਪਈਆ ਨਕਦ ਦੇਵਾਂਗੇ ਅਤੇ 3 ਲੱਖ ਦਾ ਤੁਹਾਨੂੰ ਇਸੇ ਲੋੜ 'ਤੇ ਚੈੱਕ ਦੇ ਦਿਆਂਗੇ। ਤਾਂ ਉਹ ਚੈੱਕ ਦੇਣ ਤੋਂ ਇੱਥੋਂ ਦਾ ਪ੍ਰਸ਼ਾਸਨ ਉਹ ਭੱਜਿਆ ਹੋਇਆ ਹੈਗਾ, ਉਹ ਚੈੱਕ ਉੱਥੇ ਦੇਣ ਨਹੀਂ ਗਿਆ। ਅਸੀਂ ਉਹ ਚੈੱਕ ਲੈਣ ਦੀ ਖਾਤਰ ਅਸੀਂ ਇੱਥੇ ਡੀਸੀ ਦੇ ਵਾਰ ਕੇ ਅੱਜ ਫਿਰ ਇਸੇ ਕਾਰਨਾਂ ਕਰਕੇ ਆਏ ਹਾਂ। ਇੱਥੇ ਦੋਸ਼ੀ ਅਸੀਂ ਨਹੀਂ, ਇੱਥੋਂ ਦੀ ਸਰਕਾਰ ਦੋਸ਼ੀ ਹੈ, ਇੱਥੋਂ ਦਾ ਪ੍ਰਸ਼ਾਸਨ ਦੋਸ਼ੀ ਹੈ। ਅਸੀਂ ਕੋਈ ਦੋਸ਼ੀ ਨਹੀਂ ਹਾਂਗੇ, ਅਸੀਂ ਜਿਹੜਾ ਬੈਰੀਗੇਟ ਤੋੜ ਕੇ ਆਏ ਹਾਂ। ਕਿਉਂ ਕਿੱਡੀ ਕਿੱਡੀ ਮੁਸੀਬਤ ਪੈ ਗਈ ਸੀਗੀ, ਜਿਹੜੇ ਜਾ ਕੇ ਗੇਟ ਨੂੰ ਵੀ ਜਿੱਦੇ ਲਾਏ ਗਏ ਸੀਗੇ ਪ੍ਰਸ਼ਾਸਨ ਵੱਲੋਂ, ਉਹ ਬਣਦਾ ਨਹੀਂ ਸੀਗਾ। ਸਾਨੂੰ ਇੱਥੋਂ ਤੱਕ ਆਉਣ ਦਿੰਦੇ, ਸਾਨੂੰ ਆ ਗਰਾਊਂਡ ਦੇ ਵਿੱਚ ਬਿਠਾ ਦਿੰਦੇ, ਭਵਾਂ ਦੀ ਘੇਰ ਕੇ ਭਵਾਂ ਦੀ ਕੁੱਟ ਕੇ ਬਿਠਾ ਦਿੰਦੇ ਸਾਨੂੰ ਉੱਥੇ। ਅਸੀਂ ਕਹਿੰਦੇ ਤਾਂ ਹੋ ਜਾਂਦੇ ਇੱਥੋਂ ਦੀ ਸਰਕਾਰ ਨੂੰ, ਇੱਥੋਂ ਦੇ ਹੋਰ ਨੂੰ, ਵੀ ਆਹ ਜਿਹੜਾ ਬੈਰੀਗੇਟ ਹੈਗਾ ਹੁਣ ਸਾਨੂੰ ਕਹਿਣਗੇ ਜਿਹਨਾਂ ਨੇ ਧੱਕਾ ਕਰਕੇ ਤੋੜ ਕੇ ਟੱਪਿਆ ਸੀ, ਤੋੜ ਕੇ ਨਹੀਂ ਟੱਪੇ ਹਾਂਗੇ, ਅਸੀਂ ਖੋਲ੍ਹ ਕੇ ਟੱਪ ਕੇ ਆਇਆਂਗੇ। ਇੱਥੋਂ ਸਰਕਾਰਾਂ ਦੀਆਂ ਨੀਤੀਆਂ ਦਾ ਸਾਨੂੰ ਪਤਾ ਲੱਗ ਗਿਆ, ਸਰਕਾਰਾਂ ਦੀਆਂ ਨੀਤੀਆਂ ਕੀ ਨੇ ਤੇ ਇੱਥੋਂ ਦੇ ਪ੍ਰਸ਼ਾਸਨ ਦੀਆਂ ਨੀਤੀਆਂ। ਦੱਸਦੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਰਿਵਾਰ ਦੇ ਆਪਸੀ ਪੈਸੇ ਦੇ ਬਟਵਾਰੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜਿਸ ਦੇ ਚੱਲਦੇ ਪੂਰੀ ਰਾਸ਼ੀ ਦੇਣ ਦੇ ਵਿੱਚ ਦੇਰੀ ਹੋ ਗਈ ਹੈ, ਜਦਕਿ ਮ੍ਰਿਤਕਾਂ ਦਾ ਪਰਿਵਾਰ ਮੰਨਣ ਨੂੰ ਤਿਆਰ ਨਹੀਂ ਹੈ, ਤੇ ਇਸ ਦੇ ਚੱਲਦੇ ਅੱਜ ਕਿਸਾਨਾਂ ਦੇ ਵੱਲੋਂ ਇੱਥੇ ਇਹ ਪ੍ਰਦਰਸ਼ਨ ਕੀਤਾ ਗਿਆ।